ਅਸਲਾਮ ਅਲੈਕੁਮ ਬਾਈ ਜੀ, ਕੀ ਹਾਲ ਆ? ਠੀਕ ਹੋ? ਮੀਆਂ ਚਾਨੂੰ ਗੱਲਾਂ ਮੰਡੀ 'ਚ ਮੌਜੂਦ ਆ ਬਾਈ ਜੀ, ਅਤੇ ਕਣਕ ਵੇਖੋ ਤੁਸੀਂ ਮਾਸ਼ਾਅੱਲਾ ਅੱਜ ਆ ਚਾਚਾ ਸਾਹਮਣੇ ਟਰਾਲਾ ਭਰ ਕੇ ਲਿਆਇਆ ਵਾ। ਵਿਚਾਰੇ ਨੇ ਕੀਤੀ ਸੀ ਸਟਾਕ, ਕਹਿ ਲਓ ਬਾਈ ਜੀ ਜ਼ਿਮੀਂਦਾਰ ਆ, ਵੀ ਚਲੋ ਯਾਰ ਕੋਈ ਫਾਇਦਾ ਹੋ ਜੂਗਾ, ਰੇਟ ਚੰਗਾ ਲੱਗ ਜੂਗਾ। ਲੇਕਿਨ ਇਹ ਤੁਸੀਂ ਦੇਖ ਸਕਦੇ, ਇੱਕ ਇਹ ਢੇਰ ਪਿਆ ਛੋਟਾ ਜਿਹਾ, ਇੱਕ ਇਹ ਆ, ਇੱਕੋ ਟਰਾਲੀ ਤੋਂ ਬਾਈ ਹੋਣੀ ਲਾਈ ਜਾਂਦੇ ਆ। ਲੇਕਿਨ ਰੇਟ ਜਿਹੜਾ ਬਾਈ ਜੀ ਬਹੁਤ ਹੀ ਨਾਕਸ ਆ। ਆ ਜਾਓ, ਬਾਕੀ ਚਾਚੇ ਨਾਲ ਗੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਅਗਰ ਉਹਨੇ ਇੰਟਰਵਿਊ ਦਿੱਤਾ ਨਹੀਂ ਤਾਂ ਤੁਹਾਡੇ ਵੀਰਾਂ ਨਾਲ ਰੇਟ ਸ਼ੇਅਰ ਕਰਦੇ ਹਾਂ, ਕੀ ਰੇਟ ਅੱਜ ਦਾ ਕਹਿੰਦੇ ਮੀਆਂ ਚਾਨੂੰ ਗੱਲਾਂ ਮੰਡੀ 'ਚ ਮੌਜੂਦ ਆ। ਅਤੇ ਇਹ ਦੇਖੋ ਜੀ, ਕਣਕ ਮਾਸ਼ਾਅੱਲਾ ਸਾਫ਼ ਆ, ਲੇਕਿਨ ਦਾਣਿਆਂ ਦੇ ਵਿੱਚ ਥੋੜ੍ਹੇ ਜਿਹੇ ਬਰੀਕ ਵੀ ਆ, ਪਰ ਹੈ ਸਾਫ਼ ਆ। ਭਾਅ ਜੀ ਵੈਸੇ ਅੱਜ ਕੱਲ੍ਹ ਰੇਟ ਚੱਲ ਕੀ ਰਿਹਾ, ਕੋਈ ਅੰਦਾਜ਼ਾ ਹੈਗਾ? 2250 ਰੁਪਈਆ। ਅੱਛਾ ਅੱਛਾ, 2250-2250 ਰੁਪਈਆ ਇਹਦਾ ਰੇਟ। ਲਓ ਬਾਈ ਜੀ, ਇਹ ਜਿਹੜੀ ਕਣਕ ਆ ਇਹਦਾ 2700 ਤੋਂ 2750 ਰੁਪਏ ਤੱਕ ਮੀਆਂ ਚਾਨੂੰ ਗੱਲਾਂ ਮੰਡੀ 'ਚ ਰੇਟ ਲੱਗਾ, ਜਦਕਿ ਇੱਕ ਹੋਰ ਜਗ੍ਹਾ 'ਤੇ ਅਸੀਂ ਢੇਰ ਦੇਖਿਆ ਉਹਦਾ 2600-2700 ਰੁਪਏ ਲਾਈਵ ਬੋਲੀ ਦੇ ਵਿੱਚ ਲੱਗਿਆ। ਅਤੇ ਲੇਕਿਨ ਮਾਸ਼ਾਅੱਲਾ ਇਹ ਚਾਚਾ ਜਿਹੜਾ ਨਾ ਕਣਕ ਬੜੀ ਸਾਫ਼ ਸੋਨੇ ਵਰਗੀ ਕਣਕ ਕੱਢ ਕੇ ਲਿਆਇਆ, ਪਤਾ ਨਹੀਂ ਕਿੱਥੋਂ। ਮੈਂ ਉਹਨੂੰ ਪੁੱਛਿਆ ਵਾ, ਕਹਿੰਦਾ ਯਾਰ ਮੈਂ ਕੈਮਰੇ ਅੱਗੇ ਨਹੀਂ ਆਉਣਾ, ਲੇਕਿਨ ਕਹਿੰਦਾ ਵੀ ਜਿਹੜੀ ਇਹ ਨਾ ਕਣਕ ਇਸੇ ਵਜ੍ਹਾ ਤੋਂ ਜਮ੍ਹਾਂ ਕੀਤੀ ਸੀ, ਸਟਾਕ ਕੀਤੀ ਸੀ, ਵੀ ਰੇਟ ਵੱਧ ਜਾਊਗਾ, ਚਲੋ ਸਾਡੇ ਖਰਚੇ ਪੂਰੇ ਹੋਣਗੇ। ਲੇਕਿਨ ਬਾਈ ਜੀ ਕਹਿੰਦਾ ਹੁਣ ਤਾਂ ਯਾਰ ਬਹੁਤ ਪਰੇਸ਼ਾਨ ਆ ਇਹ ਗੰਦਮ ਦੇ ਰੇਟ ਤੋਂ। ਇਹਦਾ ਬਾਈ ਜੀ ਰੇਟ ਜਿਹੜਾ ਅੱਜ ਮੀਆਂ ਚਾਨੂੰ ਗੱਲਾਂ ਮੰਡੀ 'ਚ ਕਣਕ ਚੈੱਕ ਕਰ ਲਓ, 2700 ਤੋਂ 2750 ਤੱਕ ਰਿਹਾ। ਬਾਈ ਜੀ ਮਿਲਦੇ ਆ ਨਵੀਂ ਵੀਡੀਓ ਨਾਲ, ਤੁਹਾਡੇ ਇਲਾਕੇ ਵਿੱਚ ਕਣਕ ਦਾ ਰੇਟ ਕੀ ਆ ਜ਼ਰੂਰ ਦੱਸਿਓ ਜੀ। ਆਪਣਾ ਬਹੁਤ ਸਾਰਾ ਖਿਆਲ ਰੱਖਿਓ ਬਾਈ ਜੀ, ਅੱਲਾ ਹਾਫਿਜ਼।